ਮੇਰੇ ਘਰ ਨਹੀਂ ਹਰੀਸ਼ ਜੀ, ਮੈਂ ਪਰਸੋਂ ਪੱਕਾ ਤੁਹਾਨੂੰ ਪੈਸੇ ਵਾਪਿਸ ਕਰ ਦਾਂਗਾ। ਤੁਹਾਨੂੰ ਮੇਰੇ ਘਰ ਆਉਣ ਦੀ ਕੋਈ ਲੋੜ ਨਹੀਂ ਪਏਗੀ। ਹਾਂਜੀ ਠੀਕ ਹੈ, ਦੇਖਦੇ। ਹਾਂ ਓਕੇ। ਸੋਹਾ ਕੀ ਹੋਇਆ? ਸੋਹਮ ਸਭ ਠੀਕ ਹੈ? ਤੂੰ ਪਰੇਸ਼ਾਨ ਲੱਗ ਰਿਹਾ। ਮੈਂ ਕਿਹੋ ਜਿਹਾ ਸਵਾਲ ਆ, ਮੈਨੂੰ ਕੀ ਹੋਣਾ? ਨਹੀਂ ਪੁੱਤਰ, ਤੂੰ ਪਰੇਸ਼ਾਨ ਲੱਗ ਰਿਹਾ ਸੀ ਤਾਂ ਹੀ ਪੁੱਛਿਆ। ਮੰਮਾ ਪਲੀਜ਼, ਤੁਹਾਨੂੰ ਕੋਈ ਕੰਮ ਹੈ ਮੇਰੇ ਕੋਲ? ਜੇ ਕੰਮ ਹੈਗਾ ਤੇ ਦੱਸੋ। ਨਹੀਂ, ਹਾਂ ਇੱਕ ਕੰਮ ਹੈਗਾ। ਹੁਣ ਕੀ ਕੰਮ ਹੈਗਾ ਆ? ਮੈਂ ਬੈਂਕ ਜਾਣਾ ਸੀ, ਉਹ ਵਿਕਰਾਂਤ ਜੀ ਦਾ ਚੈੱਕ ਪਾਣ। ਤੇ ਮੇਰੇ ਕੋਲ ਕੋਈ ਪੁੱਛ ਰਹੇ ਹੋ? ਰਿਕਸ਼ਾ ਫੜ ਕੇ ਜਾਓ। ਪੁੱਤਰ ਮੈਂ ਇੰਨੇ ਸਾਰੇ ਪੈਸਿਆਂ ਦਾ ਕਦੀ ਚੈੱਕ ਲਗਾਇਆ ਨਹੀਂ ਇਕੱਲਿਆਂ। ਮੈਨੂੰ ਸੀਗਾ ਤੂੰ ਨਾਲ ਚੱਲੇਗਾ ਤਾਂ ਚੰਗਾ ਰਹੇਗਾ। ਚੱਲ ਠੀਕ, ਪਰ ਪਰਸੋਂ ਜੇ ਮੈਨੂੰ ਮੇਰੇ ਪੈਸੇ ਨਾ ਮਿਲੇ ਨਾ ਤਾਂ ਮੈਂ ਆਪ ਆਊਂਗਾ ਤੇਰੇ ਘਰ ਤੇਰੀ ਮੰਮੀ ਦੀ ਤਬੀਅਤ ਪੁੱਛ। ਹਾਂ ਠੀਕ ਹੈ ਮੰਮਾ, ਮੈਂ ਚੱਲਦਾ ਤੁਹਾਡੇ ਨਾਲ ਬੈਂਕ, ਤੁਸੀਂ ਰੈਡੀ ਹੋ ਜਾਓ। ਠੀਕ ਹੈ। ਸੋਹਮ ਆ ਕੀ ਕਰ ਰਿਹਾ ਪੁੱਤਰ? ਮੰਮਾ ਤੁਹਾਡੀ ਹੈਲਪ ਕਰ ਰਿਹਾ। ਤੈਨੂੰ ਕੁਝ ਚਾਹੀਦਾ ਪੁੱਤਰ? ਮੰਮਾ ਤੁਸੀਂ ਇਦਾਂ ਕੁ ਕਹਿ ਰਹੇ ਹੋ? ਮੈਂ ਬਸ ਤੁਹਾਡੀ ਹੈਲਪ ਕਰ ਰਿਹਾ। ਅੱਜ ਰਮਨੀਕ ਨੇ ਮੇਰੀ ਅੱਖਾਂ ਖੋਲਤੀਆਂ। ਮੈਨੂੰ ਅੱਜ ਪਤਾ ਚੱਲਿਆ ਕਿ ਤੁਸੀਂ ਘਰ ਦਾ ਇੰਨਾ ਕੰਮ ਕਰਦੇ ਹੋ। ਮੇਰੇ ਵਾਸਤੇ ਇੰਨਾ ਹੀ ਬਹੁਤ ਹੈ ਕਿ ਤੂੰ ਇੰਨਾ ਸੋਚਿਆ। ਲੈ ਮੰਮਾ। ਸੋਹਮ ਸੋਹਮ ਕੀ ਹੋਇਆ ਪੁੱਤਰ, ਤੂੰ ਰੋ ਕਿਉਂ ਰਿਹਾ? ਮੈਨੂੰ ਅੱਜ ਪਾਪਾ ਦੀ ਬਹੁਤ ਯਾਦ ਆ ਰਹੀ ਹੈ। ਮੇਰੇ ਇੱਕ ਦੋਸਤ ਦੇ ਪਾਪਾ ਹੋਸਪਿਟਲ ਚ ਐਡਮਿਟ ਨੇ, ਮੈਨੂੰ ਉਹਦਾ ਫੋਨ ਆਇਆ ਸੀ। ਉਹਨੂੰ ਪੈਸਿਆਂ ਦੀ ਬਹੁਤ ਲੋੜ ਹੈ। ਉਹਦੀ ਹਾਲਤ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਾ। ਜਦੋਂ ਮੈਂ ਉਹਦੀ ਗੱਲ ਸੁਣੀ ਮੈਨੂੰ ਪਾਪਾ ਦੀ ਯਾਦ ਆ ਗਈ। ਨਾ ਪੁੱਤਰ ਤੂੰ ਰੋ ਨਾ, ਤੂੰ ਮੈਨੂੰ ਦੱਸ ਕੌਣ ਹੈ ਉਹ ਦੋਸਤ? ਹਰੀਸ਼, ਤੁਸੀਂ ਉਹਨੂੰ ਨਹੀਂ ਜਾਣਦੇ। ਉਹਨੂੰ ਕਿੰਨੇ ਪੈਸੇ ਚਾਹੀਦੇ ਆ ਪੁੱਤਰ? 1,00,000 ਰੁਪਇਆ। 1,00,000? ਪਰ ਤੁਹਾਨੂੰ ਇੰਨੇ ਪੈਸੇ ਕਿੱਥੋਂ ਦੇਗਾ? ਮੰਮਾ ਮੈਂ ਉਹੀ ਸੋਚ ਰਿਹਾ ਕਿ ਮੈਂ ਇੰਨੇ ਪੈਸੇ ਕਿੱਥੋਂ ਅਰੇਂਜ ਕਰਾਂ, ਮੇਰੇ ਤੋਂ ਤਾਂ ਇੰਨੇ ਪੈਸੇ ਹੈਗੇ ਨਹੀਂ। ਪੁੱਤਰ ਤੁਸੀਂ ਸਾਰੇ ਦੋਸਤ ਮਿਲ ਕੇ ਥੋੜੇ ਥੋੜੇ ਪੈਸੇ ਇਕੱਠੇ ਕਰ ਲਓ। ਨਹੀਂ ਮੰਮਾ, ਹਰੀਸ਼ ਦੇ ਇੰਨੇ ਦੋਸਤ ਨਹੀਂ ਹੈਗੇ, ਉਹ ਬਹੁਤ ਸ਼ਾਹੀ ਆ। ਮੈਂ ਉਹੀ ਸੋਚ ਰਿਹਾ ਕਿ ਮੈਂ ਵੀ ਇੰਨੇ ਪੈਸੇ ਕਿੱਥੋਂ ਲਿਆਵਾਂ। ਮੈਂ ਸੋਚ ਰਿਹਾ ਸੀ ਕਿ ਮੈਂ ਆਪਣੀ ਸੋਨੇ ਦੀ ਚੈਨ ਵੇਚਦਾ ਜਿਹੜੀ ਰਮਨੀਕ ਦੇ ਪਾਪਾ ਨੇ ਮੈਨੂੰ ਵਿਆਹ ਤੇ ਗਿਫਟ ਕੀਤੀ ਸੀ। ਨਹੀਂ ਨਹੀਂ ਪੁੱਤਰ, ਤੂੰ ਉਹ ਚੇਨ ਨਹੀਂ ਵੇਚਣੀ, ਰਮਨੀਕ ਨੂੰ ਬੁਰਾ ਲੱਗੇਗਾ ਪੁੱਤਰ। ਪਰ ਮੰਮਾ ਕਿਸੇ ਦੇ ਪਿਓ ਦੀ ਜਾਨ ਖਤਰੇ ਚ, ਮੈਨੂੰ ਕੁਛ ਤਾਂ ਕਰਨਾ ਪਏਗਾ। ਤੁਸੀਂ ਨਹੀਂ ਜਾਣਦੇ ਕਿ ਉਹ ਕਿੰਨਾ ਦੁਖੀ ਸੀ, ਕਿੰਨੀ ਪ੍ਰੋਬਲਮ ਚ ਸੀਗਾ ਉਹ। ਮੰਮਾ ਮੈਨੂੰ ਕੁਛ ਤਾਂ ਕਰਨਾ ਪਏਗਾ। ਤੂੰ ਇੰਜ ਕਰ ਪੁੱਤਰ, ਵਿਕਰਾਂਤ ਜੀ ਨੇ ਜਿਹੜਾ ਮੇਰਾ ਚੈੱਕ ਦਿੱਤਾ ਹੈ ਨਾ ਪੈਸਿਆਂ ਦਾ, ਤੂੰ ਉਹ ਲੈ ਲੈ, ਤੇਰੇ ਦੋਸਤ ਦੀ ਹੈਲਪ ਹੋ ਜਾਏਗੀ। ਨਹੀਂ ਮੰਮਾ, ਉਹ ਤੁਹਾਡੇ ਪੈਸੇ ਨੇ, ਮੇਰਾ ਉੱਤੇ ਕੋਈ ਹੱਕ ਨਹੀਂ ਹੈਗਾ। ਪੁੱਤਰ ਇਸ ਘਰ ਦੇ ਵਿੱਚ ਤੇਰਾ ਮੇਰਾ ਨਹੀਂ ਹੁੰਦਾ, ਤੂੰ ਉਹ ਪੈਸੇ ਲੈ ਲੈ, ਇਸ ਟਾਈਮ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ।
ਉਹਨਾਂ ਦੀ ਹੈਲਪ ਹੋ ਜਾਏਗੀ। ਹਾਂ ਸ਼ਾਇਦ ਤੁਸੀਂ ਸਹੀ ਕਹਿ ਰਹੇ ਹੋ, ਮੈਨੂੰ ਪੈਸੇ ਲੈ ਲੈਣੇ ਚਾਹੀਦੇ ਆ। ਮੰਮਾ ਆਪਾਂ ਇੱਕ ਕੰਮ ਕਰੀਏ, ਤੁਸੀਂ ਮੇਰੇ ਨਾਲ ਬੈਂਕ ਚਲੋ, ਆਪਾਂ ਉੱਥੋਂ ਕੈਸ਼ ਕਢਾ ਕੇ ਆਪਣੇ ਦੋਸਤ ਨੂੰ ਦੇ ਦਾਂਗੇ। ਠੀਕ ਹੈ ਪੁੱਤਰ, ਮੈਂ ਹੁਣੇ ਜਾ ਕੇ ਤਿਆਰ ਹੁੰਦੀ ਹਾਂ ਤੇ ਤੂੰ ਰੋਣਾ ਨਹੀਂ ਹੈ, ਠੀਕ ਹੈ? ਠੀਕ ਹੈ ਮੰਮਾ, ਆਈ। ਥੈਂਕ ਗੋਡ ਮੰਮਾ ਨੇ ਖੁਦ ਪੈਸਿਆਂ ਦੀ ਗੱਲ ਕਰ ਲਈ। ਤੂੰ ਤੇ ਪਰਸੋਂ ਬੁਲਾ ਰਿਹਾ ਸੀ, ਬੜੀ ਛੇਤੀ ਯਾਦ ਆ ਗਿਆ। ਮੈਂ ਸੋਚਿਆ ਕਿ ਅਸੀਂ ਆਪੇ ਨੂੰ ਛੇਤੀ ਮੁਕਾ ਦਾਂ, ਨਹੀਂ ਤਾਂ ਤੁਸੀਂ ਰੋਜ਼ ਮੇਰੇ ਸਿਰ ਤੇ ਆ ਕੇ ਖੜੇ ਹੋ ਜਾਣਾ ਸੀ। ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਵਜ੍ਹਾ ਨਾਲ ਮੇਰੀ ਫੈਮਿਲੀ ਨੂੰ ਕੋਈ ਪ੍ਰੋਬਲਮ ਹੋਵੇ। ਪੈਸਾ ਆਉਂਦੀ ਤੇਰੇ ਤੇਵਰ ਬਦਲ ਗਏ। ਚੱਲ ਕੋਈ ਨੀ, ਬੜੇ ਦੇਖੇ ਤੇਰੇ ਵਰਗੇ। ਪਲੀਜ਼ ਤੁਸੀਂ ਥੋੜਾ ਛੇਤੀ ਕੌਣ ਕਰ ਲੋ। ਸੋਹਮ ਪੁੱਤਰ, ਤੁਸੀਂ ਇੱਥੇ ਕਰ ਰਹੇ ਹੋ? ਪੁੱਤਰ ਮੈਂ ਆਪਣਾ ਫੋਨ ਲੈਣ ਆਈ ਸੀ, ਮੇਰਾ ਫੋਨ ਤੇਰੇ ਕੋਲ ਹੈ ਨਾ? ਹੈਲੋ ਪੁੱਤਰ, ਆ ਤੇਰਾ ਦੋਸਤ ਹਰੀਸ਼ ਹੈ ਨਾ? ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤਰ, ਤੁਹਾਡੇ ਪਾਪਾ ਦੀ ਤਬੀਅਤ ਹੁਣ ਠੀਕ ਹੈ? ਪਾਪਾ? ਯਾਰ ਸਵੇਰੇ ਇੰਨੀ ਬਹਿਸ ਹੋਈ ਆ, ਇੰਨੀ ਆਰਗੂਮੈਂਟਸ ਹੋਏ ਆ, ਰਮਨੀਕ ਨੇ ਮੈਨੂੰ ਇੰਨਾ ਸੁਣਾਇਆ, ਤੁਸੀਂ ਫਿਰ ਵੀ ਇਹ ਖਰਚਿਆਂ ਦੀ ਲਿਸਟ ਕੱਢ ਕੇ ਬਹਿ ਗਏ ਹੋ। ਯਾਰ ਇੱਕ ਦਿਨ ਤਾਂ ਮੈਨੂੰ ਚੱਜ ਨਾਲ ਰਹਿਣ ਦਿਓ, ਹੱਦ ਹੋ ਗਈ ਆ। ਮੰਮਾ ਤੁਸੀਂ ਮੇਰੇ ਨਾਲ ਚਲੋ, ਮੈਂ ਨਾ ਬਹੁਤ ਇੰਪੋਰਟੈਂਟ ਗੱਲ ਕਰਨੀ ਹੈ ਤੁਹਾਡੇ ਨਾਲ। ਆਲੋ ਆ ਕੀ ਹੈ ਰਮਨੀਕ? ਪੈਸੇ 20,000 ਰੁਪਏ ਕੈਸ਼। ਆ ਕਾਹਦੇ ਲਈ? ਮੰਮੀ ਇਹ ਮੇਰੀ ਕੰਟਰੀਬਿਊਸ਼ਨ ਹੈ ਘਰ ਦੇ ਖਰਚਿਆਂ ਵਿੱਚ। ਹੁਣ ਤੋਂ ਹਰ ਮਹੀਨੇ ਮੈਂ ਤੇ ਸੋਹਮ ਤੁਹਾਨੂੰ 20,000 ਰੁਪਏ ਦੇਵਾਂਗੇ, ਤੁਸੀਂ ਜੋ ਮਰਜ਼ੀ ਕਰਿਓ, ਜੋ ਮਰਜ਼ੀ ਖਰੀਦਿਓ। ਤੁਹਾਨੂੰ ਕਿਸੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਹੈ, ਕਿਸੇ ਨੂੰ ਕੋਈ ਖਰਚਾ ਦੱਸਣ ਦੀ ਵੀ ਲੋੜ ਨਹੀਂ। ਰਮਨੀਕ ਤੂੰ ਘਰ ਦੇ ਖਰਚੇ ਲਈ ਕਿਉਂ ਦੇਗੀ? ਆ ਫੜ, ਇਹ ਮੈਂ ਨਹੀਂ ਲੈ ਸਕਦੀ। ਕਿਉਂ ਕਿਉਂ ਨਹੀਂ ਲੈ ਸਕਦੇ? ਮੈਂ ਇਸ ਘਰ ਦੀ ਮੈਂਬਰ ਨਹੀਂ ਹਾਂ। ਨਹੀਂ ਪੁੱਤਰ, ਏਦਾਂ ਦੀ ਕੋਈ ਗੱਲ ਨਹੀਂ ਹੈ। ਅੱਛਾ, ਤੇ ਹੁਣ ਮੈਨੂੰ ਸਮਝ ਲੱਗੀ, ਮੈਂ ਇਸ ਘਰ ਦਾ ਪੁੱਤਰ ਨਹੀਂ ਹੈ ਨਾ, ਤਾਂ ਕਰਕੇ। ਤੁਸੀਂ ਵੀ ਮੁੰਡੇ ਕੁੜੀਆਂ ਚ ਫਰਕ ਕਰਦੇ ਹੋ,
ਨਹੀਂ ਰਮਨੀਕ, ਤੂੰ ਗਲਤ ਸਮਝ ਰਹੀ ਹੈ। ਪਰ ਬਾਰ ਕੁਛ ਵੀ ਨਹੀਂ, ਆ ਫੜੋ। ਮੈਂ ਪੈਸੇ ਦੇ ਕੇ ਕੀ ਸਾਬਿਤ ਕਰਨਾ ਚਾਹੁੰਦੀ ਕਿ ਘਰ ਮੈਂ ਕੱਲਾ ਨਹੀਂ ਚਲਾ ਸਕਦਾ? ਹਾਂ, ਇਹੀ ਸਾਬਿਤ ਕਰਨਾ ਚਾਹੁੰਦੀ ਹਾਂ। ਤੇਰੇ ਆਉਣ ਤੋਂ ਪਹਿਲੇ ਵੀ ਨਾ ਘਰ ਬਹੁਤ ਚੰਗਾ ਚੱਲਦਾ ਸੀ। ਮੈਂ ਗੁੱਸੇ ਚ ਮਨਾ ਕੀ ਕਰਤਾ? ਤੁਸੀਂ ਸਾਰੇ ਇੰਨਾ ਵੱਡਾ ਇਸ਼ੂ ਬਣਾ ਲਿਆ ਗੱਲ ਦਾ। ਹਾਂ, ਮੈਂ ਕੁਛ ਸਾਬਿਤ ਨਹੀਂ ਕਰਨਾ ਚਾਹੁੰਦੀ ਸੋਹਮ, ਇਹ ਕੋਈ ਈਗੋ ਇਸ਼ੂ ਨਹੀਂ ਹੈ, ਬਹੁਤ ਪ੍ਰੈਕਟੀਕਲ ਜੀ ਗੱਲ ਹੈ। ਤੂੰ ਕੱਲਾ ਖਰਚ ਕਰਦਾ, ਇਸ ਕਰਕੇ ਤੈਨੂੰ ਸਟ੍ਰੈਸ ਹੁੰਦਾ। ਹੁਣ ਸਾਰਾ ਖਰਚਾ ਡਿਵਾਈਡ ਹੋ ਜਾਏਗਾ ਤੇ ਤੇਰੇ ਤੇ ਪ੍ਰੈਸ਼ਰ ਨਹੀਂ ਪਊਗਾ। ਤੇ ਨਾਲੇ ਜੇ ਅਸੀਂ ਮਹੀਨੇ ਦੇ ਸਟਾਰਟਿੰਗ ਚ ਮੰਮੀ ਨੂੰ ਪੈਸੇ ਦੇ ਦਾਂਗੇ ਤੇ ਉਹਨਾਂ ਨੂੰ ਬਾਰ ਬਾਰ ਕਿਸੇ ਤੋਂ ਮੰਗਣ ਦੀ ਵੀ ਲੋੜ ਨਹੀਂ ਪੈਣੀ, ਸਾਰੀ ਪ੍ਰੋਬਲਮ ਸੋਲਵ ਹੋ ਜਾਏਗੀ। ਰਮਨੀਕ, ਪਰ ਮੰਮਾ ਇੰਨਾ ਕੈਸ਼ ਕਿੱਦਾਂ ਸੰਭਾਲਣਗੇ? ਹਾਂ, ਉਹ ਤੇ ਹਲੇ ਵੀ ਚੋਲਾਂ ਦੇ ਡੱਬੇ ਚ ਕੈਸ਼ ਪਾਉਂਦੇ ਨੇ ਯਾਰ। ਇੰਨਾ ਕੈਸ਼ ਚੋਰੀ ਹੋ ਗਿਆ ਤੇ? ਸੋਹਮ, ਮੰਮੀ ਤੇ ਥੋੜਾ ਜਿਹਾ ਟਰਸਟ ਕਰਨਾ ਸਿੱਖ ਲੈ। ਜੇ ਤੈਨੂੰ ਇੰਨੇ ਵੱਡੇ ਤੋਂ ਇੰਨਾ ਵੱਡਾ ਕਰ ਸਕਦੇ ਨੇ ਨਾ, ਤਾਂ ਇੰਨਾ ਜਿਹਾ ਕੈਸ਼ ਤਾਂ ਸਾਂਭ ਵੀ ਸਕਦੇ ਨੇ। ਤੂੰ ਆਪਣਾ ਹਿੱਸਾ ਬਾਅਦ ਚ ਪਾ ਦੀ, ਠੀਕ ਹੈ? ਤੂੰ ਰੁਕ ਜਾ, ਮੈਂ ਕੈਸ਼ ਵਿਡਰੋ ਕਰਕੇ ਲਿਆ ਸੀ, ਹੁਣੇ ਫੜ ਤੂੰ। ਤੇਰੇ ਕੋਲ ਇੰਨਾ ਕੈਸ਼ ਪਿਆ ਸੀ? ਨਹੀਂ, ਮੈਂ ਤੈਨੂੰ ਕਿਹਾ ਸੀ ਕਿ ਮੈਂ ਏਟੀਐਮ ਗਿਆ ਆ, ਫਿਰ ਕਿਉਂ ਸਵਾਲ ਕਰ ਰਹੀ ਆ? ਐਵੇਂ ਦਿਮਾਗ ਖਰਾਬ ਕਰੀ ਜਾ ਰਹੀ ਆ। ਆਲੋ ਮੰਮੀ, ਹੁਣ ਤੁਸੀਂ ਬਾਊ ਜੀ ਲਈ ਕੁਛ ਵੀ ਖਰੀਦਿਓ, ਤੁਹਾਨੂੰ ਕੋਈ ਕੁਛ ਵੀ ਨਹੀਂ ਪੁੱਛੇਗਾ। ਰਮਨੀਕ, ਕੀ ਦੇਖ ਰਹੀ ਹੈ ਮੈਡੀ? ਸਰ, ਤੁਸੀਂ ਕਿੰਨਾ ਚੰਗਾ ਗਾਣਾ ਗਾਉਂਦੇ ਹੋ। ਮੈਨੂੰ ਲੱਗਦਾ ਹੈ ਤੁਹਾਨੂੰ ਨਾ ਕੁਕਿੰਗ ਸ਼ੋਅ ਦੇ ਨਾਲ ਨਾਲ ਇੱਕ ਸਿੰਗਿੰਗ ਸ਼ੋਅ ਵੀ ਖੋਲ ਲੈਣਾ ਚਾਹੀਦਾ ਹੈ। ਮੈਡੀ ਜੀ, ਮੈਨੂੰ ਨਾ ਆਪਣੇ ਝੂਠੀਆਂ ਤਾਰੀਫਾਂ ਦੀ ਆਦਤ ਨਾ ਪਾਓ। ਕੱਲ ਨੂੰ ਜੇ ਹੋਰ ਕੋਈ ਨਹੀਂ ਕਰੇਗਾ ਤਾਂ ਮੈਨੂੰ ਬੁਰਾ ਲੱਗੇਗਾ। ਸਰ, ਮੈਂ ਨਾ ਝੂਠ ਨ਀ ਬੋਲ ਰਹੀ, ਮੈਂ ਸੱਚੀ ਕਹਿ ਰਹੀ ਹਾਂ। ਅੱਛਾ ਸਰ, ਤੁਹਾਡੀ ਨਵੀਂ ਪ੍ਰੋਡਕਸ਼ਨ ਟੀਮ ਨਾਲ ਗੱਲ ਹੋਈ ਸੀ? ਨਹੀਂ, ਹਜੇ ਨਹੀਂ। ਮਿਰਚ, ਮਿਰਚ, ਪਾਣੀ, ਸ਼ਹਿਦ, ਸ਼ੂਗਰ, ਮਿਰਚੀ, ਸਾਬਣ ਕੇ ਕੋਟਾ, ਸਰ, ਮਿਰਚੀ। ਪਵਨ, ਰਿਲੈਕਸ, ਮੈਡੀ ਰਿਲੈਕਸ, ਇਹ ਮਿਰਚ ਇੰਨੀ ਵੀ ਤਿੱਖੀ ਨਹੀਂ, ਰਿਲੈਕਸ। ਥੈਂਕ ਗੋਡ ਸਰ, ਮੈਂ ਤਾਂ ਡਰ ਹੀ ਗਈ ਸੀ। ਮੈਡੀ ਜੀ, ਕੁਝ ਚੀਜ਼ਾਂ ਦੇਖਣ ਨੂੰ ਤਿੱਖੀਆਂ ਲੱਗਦੀਆਂ ਨੇ ਪਰ ਹੁੰਦੀਆਂ ਨਹੀਂ। ਹਾਂ ਸਰ, ਤੁਸੀਂ ਨਾ ਸਹੀ ਕਹਿ ਰਹੇ ਹੋ। ਜਿੱਦਾਂ ਸਾਡੇ ਨਵੇਂ ਪ੍ਰੋਡਿਊਸਰ, ਮੈਂ ਸੁਣਿਆ ਉਹਨਾਂ ਬਹੁਤ ਸਟ੍ਰਿਕਟ ਨੇ, ਕੀ ਪਤਾ ਅਸਲ ਚ ਇੰਨੇ ਵੀ ਸਟ੍ਰਿਕਟ ਨਾ ਹੋਣ। ਮੈਡੀ, ਤੂੰ ਛੱਡ, ਆਪਾਂ ਨਾ
ਫਿਊਚਰ ਦੇਖਦੇ ਹਾਂ। ਫਿਊਚਰ ਉਹ ਕਿੱਦਾਂ ਸਰ? ਸਰ ਇਹ ਕੀ ਹੈ? ਮੈਡੀ ਇਹ ਆਪਣਾ ਫਿਊਚਰ ਦੇਖਣ ਵਾਲੇ ਕੁਕੀ ਨੇ। ਚਾਈਨੀਜ਼ ਇਸ ਨੂੰ ਖਾਣੇ ਤੋਂ ਬਾਅਦ ਦਿੰਦੇ ਨੇ। ਇਹਦੇ ਵਿੱਚ ਇੱਕ ਛੋਟੀ ਜਿਹੀ ਚਿੱਟ ਲੱਗੀ ਹੁੰਦੀ ਹੈ ਜਿਸ ਨਾਲ ਆਪਾਂ ਆਪਣਾ ਫਿਊਚਰ ਦੇਖ ਸਕਦੇ ਹਾਂ। ਸਰ ਇਹਦੇ ਵਿੱਚੋਂ ਕੀ ਨਿਕਲੂਗਾ? ਮੈਡੀ ਮੈਂ ਤੈਨੂੰ ਇੱਕ ਦਿਨ ਪਹਿਲਾਂ ਵੀ ਕਿਹਾ ਸੀ। ਕੀ ਸਰ? ਮੇਰੀਆਂ ਅੱਖਾਂ ਕੋਈ ਐਕਸਰੇ ਦੀਆਂ ਮਸ਼ੀਨਾਂ ਥੋੜੀ ਨੇ, ਆਪਾਂ ਖੋਲਾਂਗੇ ਤਾਂ ਹੀ ਪਤਾ ਲੱਗੂਗਾ। ਹੈ ਚੱਲ ਆਪਾਂ ਇੱਕ ਇੱਕ ਕਰਕੇ ਖੋਲਦੇ ਹਾਂ। 1 2 3 ਕੋਈ ਤੁਹਾਡੀ ਥਾਂ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ, ਸੰਭਲ ਕੇ ਰਹਿਓ। ਜੋ ਕਹਾਣੀ ਖਤਮ ਹੋ ਗਈ ਲੱਗਦੀ ਹੈ, ਪਰ ਉਹ ਖਤਮ ਹੋਈ ਨਹੀਂ। ਸਰ ਇਹ ਸੱਚ ਤੇ ਨਹੀਂ ਹੋ ਜਾਊਗਾ ਨਾ? ਓਹੋ ਮੈਡੀ ਜ਼ਰੂਰੀ ਨਹੀਂ ਕਿ ਇਹ ਸਭ ਸੱਚ ਹੋਵੇ। ਨਾਲੇ ਬੰਦੇ ਦੀ ਕਿਸਮਤ ਬੰਦੇ ਦੇ ਆਪਣੇ ਹੱਥ ਵਿੱਚ ਹੁੰਦੀ ਹੈ। ਆ ਫੜ ਤੇ ਮੈਨੂੰ ਜਾਣਦੇ ਹੋ ਮੈਡੀ ਜੀ। ਕਿਉਂ? ਕਿਉਂਕਿ ਇਹਦੇ ਲਾਡਲੇ ਕੋਲ ਵਕਤ ਨਹੀਂ ਸੀ ਪੈਸੇ ਦੇਣ ਦਾ। ਇਹ ਸਾਰੇ ਮੈਨੂੰ ਭੁੱਖਾ ਮਾਰਨਾ ਚਾਹੁੰਦੇ ਨੇ। ਓਏ ਤੂੰ ਸਿਲੰਡਰ ਮੇਰੇ ਘਰੋਂ ਮੰਗਾ ਲੈਣਾ ਸੀ। ਕਿਉਂ? ਉਹ ਇਹਨਾਂ ਨੂੰ ਵੀ ਸਿੱਖਣ ਦੇ, ਇੱਕ ਦਿਨ ਭੁੱਖੇ ਰਹਿਣਗੇ ਨਾ ਤਾਂ ਇਹਨਾਂ ਨੂੰ ਵੀ ਅਕਲ ਟਿਕਾਣੇ ਆ ਜਾਏਗੀ, ਕੁਛ ਤਾਂ ਜ਼ਿੰਮੇਵਾਰੀ ਲੈਣੀ ਸਿੱਖਣਗੇ ਇਹ। ਚਾਚਾ ਜੀ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਵਾਂ। ਪੁੱਤਰ ਸਿਲੰਡਰ ਤਾਂ ਹੈ ਨਹੀਂ, ਚਾਹ ਕਿੱਦਾਂ ਬਣਾਏਗੀ? ਚਾਚਾ ਜੀ ਉਹ ਪਾਊਡਰ ਵਾਲੀ ਚਾਹ ਮੈਂ ਮਾਈਕ੍ਰੋਵੇਵ ਚ ਬਣਾਵਾਂਗੀ, ਮੈਨੂੰ ਰਮਨੀਕ ਨੇ ਸਿਖਾਈ ਸੀ। ਚੱਲ ਠੀਕ ਹੈ ਪੁੱਤਰ, ਲੈ ਆ ਅੱਜ ਕੁਛ ਨਵਾਂ ਟਰਾਈ ਕਰ ਲੈਣੇ। ਕੀ ਨਵਾਂ ਟਰਾਈ ਕਰ ਲੈਣੇ? ਡੱਬੇ ਚ ਬਣਿਆ ਹੋਇਆ ਖਾਣਾ ਖਾਓ, ਡੱਬੇ ਚ ਬਣੀ ਹੋਈ ਚਾਹ ਪੀਓ। ਆ ਦਿਨ ਆ ਗਏ ਨੇ ਹੁਣ ਸਾਡੇ। ਬਹੁਤ ਦਿਨ ਹੋ ਗਏ ਨੇ, ਇੱਕ ਇੱਕ ਪੈਗ ਆਪਾਂ ਲਾਉਣੇ ਆ। ਉਹ ਯਾਰ ਸਾਰੇ ਘਰੇ ਨੇ ਕਿਵੇਂ? ਓਏ ਤੂੰ ਇਹਨਾਂ ਡੰਗਰਾਂ ਦੀ ਪਰਵਾਹ ਨਾ ਕਰ, ਇਹ ਸਵੇਰ ਦੇ ਰੌਲਾ ਪਾ ਰਹੇ ਨੇ ਜਾਣ ਦੇਣ ਨੂੰ ਬਾਹਰ, ਆਪਾਂ ਇਹਨਾਂ ਤੋਂ ਕੀ ਕਰਨਾ? ਆਪਾਂ ਬੈਠ ਕੇ ਚੱਲ ਠੀਕ ਹੈ ਫਿਰ ਤੂੰ ਕਰ ਇੰਤਜ਼ਾਮ, ਮੈਂ ਫਿਰ ਲੈ ਕੇ ਆਉਣਾ ਬੋਤਲ। ਬਹੁਤ ਬਈ ਬਹੁਤ ਮਿਹਨਤ ਕਰ ਰਿਹਾ ਤੂੰ, ਬੱਲੇ ਬੱਲੇ। ਇਹ ਸਭ ਐਕਸਰਸਾਈਜ਼ ਦਾ ਕਮਾਲ ਹੈ। ਹੈਲੋ ਚਾਚਾ ਜੀ। ਉਹ ਚਾਹ ਸ਼ਾਹੀ ਮਿਲੇਗੀ ਕਿ ਰਾਤ ਦੇ ਖਾਣੇ ਦਾ ਕੋਈ ਇੰਤਜ਼ਾਮ ਕੀਤਾ ਹੈ? ਨਹੀਂ ਬਾਊ ਜੀ, ਰਮਨੀਕ ਨਾ ਸ਼ਾਮ ਦੀ ਫੋਨ ਟਰਾਈ ਕਰ ਰਹੀ ਹੈ ਪਰ ਹਲੇ ਤੱਕ ਕਿਤੋਂ ਇੰਤਜ਼ਾਮ ਨਹੀਂ ਹੋਇਆ। ਸੋਹਮ ਵੀ ਗਿਆ ਹੋਇਆ ਪੜੋਸੀਆਂ ਦੇ ਘਰ ਪਤਾ ਕਰਨ ਵਾਸਤੇ। ਲੋ ਆ ਗਿਆ। ਹਾਂ ਸੋਹਮ ਸਿਲੰਡਰ ਮਿਲਿਆ ਕਿ ਨਹੀਂ? ਬਾਊ ਜੀ ਕਿਸੇ ਕੋਲ ਵੀ ਸਿਲੰਡਰ ਨਹੀਂ ਸੀਗਾ। ਹਰਮਨੀਕ ਤੂੰ ਦੱਸ। ਨਹੀਂ ਬਾਊ ਜੀ ਇਸ ਟਾਈਮ ਕੋਈ ਵੀ ਸਿਲੰਡਰ ਨਹੀਂ ਦੇ ਰਿਹਾ। ਸੋਹਣ ਤੂੰ ਦੱਸ ਅਸੀਂ ਕੀ ਕਰੀਏ, ਭੁੱਖੇ ਬੈਠੇ ਰਹੀਏ? ਬਾਊ ਜੀ ਮੈਂ ਕੀ ਕਰਾਂ ਇਹਦੇ ਵਿੱਚ, ਤੁਸੀਂ ਰਮਨੀਕ ਤੇ ਮੰਮਾ ਨੂੰ ਪੁੱਛ ਲਓ ਕੀ ਕਰਨਾ। ਕਿਉਂ? ਉਹ ਵੀ ਤੇਰੀ ਗਲਤੀ ਕਰਕੇ ਸਿਲੰਡਰ ਨਹੀਂ ਮਿਲਿਆ,
ਇਹ ਦੋਨੋਂ ਕੀ ਕਰਨ? ਬਿਨਾਂ ਗੈਸ ਤੋਂ ਰੋਟੀ ਕਿਵੇਂ ਬਣਾਉਣਗੀਆਂ? ਇਹਨਾਂ ਕੋਲ ਕੋਈ ਜਾਦੂ ਹੈ? ਪਰ ਬਾਬੂ ਜੀ, ਮੈਂ ਕੀ ਕਰਾਂ? ਕੀ ਮਹਿਮਾ ਲਾ ਰੱਖੀ ਹੈ? ਤੇਰੀ ਗਲਤੀ ਕਰਕੇ ਸਾਰਾ ਹੋਇਆ, ਤੂੰ ਸਾਰਿਆਂ ਨੂੰ ਬਾਹਰ ਖਾਣਾ ਖਿਲਾਏਗਾ, ਬਸ ਇਹੀ ਤੇਰੀ ਸਜ਼ਾ ਹੈ। ਪਰ ਬਾਬੂ ਜੀ, ਮੈਂ ਕਿੱਦਾਂ ਡਿਨਰ ਕਰਵਾਵਾਂ? ਉਹ ਵੀ ਬਾਹਰ ਜਾ ਕੇ। ਹੈਲੋ ਮੈਮ, ਤੁਸੀਂ ਤਾਂ ਇੱਥੇ ਦੇ ਸੈਲੀਬ੍ਰਿਟੀ ਬਣ ਗਏ ਹੋ, ਕਿੱਦਾਂ ਦਾ ਫੀਲ ਹੋ ਰਿਹਾ ਤੁਹਾਨੂੰ? ਰਮਨੀਕ, ਏਦਾਂ ਲੱਗ ਰਿਹਾ ਜਿਵੇਂ ਮੈਂ ਇੱਥੋਂ ਦੀ ਟੀਚਰ ਹੋਵਾਂ, ਇਹ ਸਾਰੇ ਮੇਰੇ ਸਟੂਡੈਂਟ। ਮੈਨੂੰ ਨਾ ਬਹੁਤ ਸਪੈਸ਼ਲ ਫੀਲ ਹੋ ਰਿਹਾ, ਮੈਂ ਤੈਨੂੰ ਸਮਝਾ ਹੀ ਨਹੀਂ ਸਕਦੀ ਕਿ ਇਹ ਕਿੱਦਾਂ ਦੀ ਫੀਲਿੰਗ ਹੈ। ਜੇ ਆਪਾਂ ਅਮ੍ਰਿਤਾ ਜੀ ਨੂੰ ਮੇਰੇ ਸ਼ੋਅ ਵਿੱਚ ਲੈ ਲਈਏ ਤਾਂ ਸ਼ੋਅ ਬਹੁਤ ਪਾਪੂਲਰ ਹੋ ਜਾਏਗਾ। ਨਾਲੇ ਰਮਨੀਕ, ਅਸੀਂ ਦਿਲਾਂ ਦੇ ਚਿਟਕਾਰੇ ਦਾ ਨਵਾਂ ਸੀਜ਼ਨ ਸ਼ੁਰੂ ਕਰ ਰਹੇ ਹਾਂ। ਜੇ ਅਮ੍ਰਿਤਾ ਜੀ ਆ ਜਾਣ ਤਾਂ ਬਹੁਤ ਵਧੀਆ ਹੋਵੇਗਾ। ਜਦੋਂ ਇਹ ਦੁਨੀਆਂ ਨੂੰ ਅਮ੍ਰਿਤਾ ਜੀ ਬਾਰੇ ਪਤਾ ਲੱਗੇਗਾ ਤਾਂ ਉਹ ਮੇਰੇ ਤੋਂ ਹੀ ਵੱਡੇ ਸ਼ੈਫ ਬਣਨਗੇ। ਮੰਮਾ, ਸੋਚੋ ਜੇ ਏਦਾਂ ਦੀ ਫੀਲਿੰਗ ਤੁਹਾਨੂੰ ਰੋਜ਼ ਆਵੇ, ਉਹ ਵੀ ਹਜ਼ਾਰਾਂ ਲੋਕਾਂ ਦੇ ਸਾਹਮਣੇ। ਕੀ ਮਤਲਬ? ਜੇ ਤੁਹਾਡੇ ਦੋਨਾਂ ਦੀ ਗੱਲਾਂ ਖਤਮ ਹੋ ਗਈਆਂ ਹੁਣ, ਤੇ ਆਪਾਂ ਆਰਡਰ ਕਰ ਲਈਏ। ਤੂੰ ਚੱਲ, ਮੈਂ ਵਾਸ਼ਰੂਮ ਜਾ ਕੇ ਆਨੀ ਆ। ਯਾਰ, ਤੂੰ ਇੰਨੀ ਦੇਰ ਤੋਂ ਇੱਥੇ ਬੈਠੀ ਸੀ, ਪਹਿਲੇ ਚਲੀ ਜਾਂਦੀ। ਮੈਂ ਪੈਸੇ ਪੇ ਕਰ ਰਿਹਾ, ਤੇਤੀ ਆ ਜਾ, ਗੱਡੀ ਲਿਆ ਰਿਹਾ। ਮੰਮਾ, ਹੁਣ ਤਾਂ ਸੋਹਮ ਵੀ ਚਲਾ ਗਿਆ, ਅਸੀਂ ਨਾ ਵਿਕਰਾਂਤ ਜੀ ਨੂੰ ਮਿਲ ਕੇ ਜਾਂਦੇ ਆ। ਤੁਸੀਂ ਨਾ ਪਰਸਨਲੀ ਉਹਨਾਂ ਨੂੰ ਚੈੱਕ ਲਈ ਥੈਂਕ ਯੂ ਵੀ ਕਹਿ ਦਿਓ। ਹਾਂ ਰਮਨੀਕ, ਮੈਂ ਵੀ ਮਿਲਣਾ ਚਾਹੁੰਦੀ ਸੀ। ਦਰਅਸਲ ਮੈਂ ਉਹਨਾਂ ਨੂੰ ਮਿਲੇ ਬਿਨਾਂ ਜਾਣਾ ਨਹੀਂ ਚਾਹੁੰਦੀ ਸੀ। ਇੱਕ ਮਿੰਟ, ਐਕਸਕਿਊਜ਼ ਮੀ। ਤੁਹਾਨੂੰ ਸਾਰਿਆਂ ਨੂੰ ਇੱਥੇ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਿਆ। ਥੈਂਕ ਯੂ ਸੋ ਮਚ ਵਿਕਰਾਂਤ ਜੀ, ਤੁਸੀਂ ਮੇਰੇ ਲਈ ਚੈੱਕ ਭੇਜਿਆ। ਅਮ੍ਰਿਤਾ ਜੀ, ਤੁਸੀਂ ਮੈਨੂੰ ਪਹਿਲਾਂ ਵੀ ਥੈਂਕ ਯੂ ਕਹਿ ਚੁੱਕੇ ਹੋ, ਤੇ ਮੈਂ ਇਹ ਵੀ ਕਹਿ ਚੁੱਕਿਆ ਕਿ ਉਹਦੀ ਕੋਈ ਲੋੜ ਨਹੀਂ। ਨਹੀਂ ਵਿਕਰਾਂਤ ਜੀ, ਲੋੜ ਹੈ। ਤੁਹਾਨੂੰ ਨਹੀਂ ਪਤਾ, ਜਿਹਨੇ ਕਦੀ ਪੈਸਾ ਨਾ ਕਮਾਇਆ ਹੋਵੇ ਉਹਦੇ ਲਈ ਪਹਿਲੀ ਕਮਾਈ ਕੀ ਅਹਿਮੀਅਤ ਰੱਖਦੀ ਹੈ। ਮੈਂ ਤੁਹਾਨੂੰ ਸਮਝਾ ਨਹੀਂ ਸਕਦੀ, ਪਰ ਤੁਸੀਂ ਇੰਨਾ ਸਮਝ ਲਓ, ਜੋ ਤੁਸੀਂ ਮੇਰੇ ਲਈ ਕੀਤਾ ਨਾ, ਉਹਦਾ ਕਰਜ਼ ਮੈਂ ਸਾਰੀ ਜ਼ਿੰਦਗੀ ਨਹੀਂ ਉਤਾਰ ਪਾਵਾਂਗੀ। ਅਮ੍ਰਿਤਾ ਜੀ, ਤੁਸੀਂ ਮੈਨੂੰ ਇਹ ਕਹਿ ਕੇ ਹੁਣ ਸ਼ਰਮਿੰਦਾ ਕਰ ਰਹੇ ਹੋ, ਪਰ ਹਾਂ, ਮੈਂ ਤੁਹਾਡੇ ਤੋਂ ਇੱਕ ਚੀਜ਼ ਜ਼ਰੂਰ ਮੰਗਣਾ ਚਾਹੁੰਦਾ, ਪਲੀਜ਼ ਮਨਾ ਨਾ ਕਰਿਓ। ਕੀ ਵਿਕਰਾਂਤ ਜੀ? ਤੁਸੀਂ ਤੇ ਰਮਨੀਕ ਕੱਲ ਨੂੰ ਮੈਨੂੰ 11 ਵਜੇ ਮਿਲ ਸਕਦੇ ਹੋ, ਮੈਂ ਤੁਹਾਨੂੰ ਐਡਰੈਸ ਭੇਜ ਦਿਆਂਗਾ, ਪਲੀਜ਼ ਪਹੁੰਚ ਜਾਇਓ। ਪਰ ਵਿਕਰਾਂਤ ਜੀ। ਅਮ੍ਰਿਤਾ ਜੀ, ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਉੱਥੇ ਪਹੁੰਚ ਕੇ ਬਿਲਕੁਲ ਵੀ ਪਛਤਾਵਾ ਨਹੀਂ ਹੋਵੇਗਾ, ਉਸਦੀ ਗਰੰਟੀ ਮੈਂ ਲੈਣਾ। ਤੁਸੀਂ ਹਮੇਸ਼ਾ ਇੰਨੇ ਪਿਆਰ ਨਾਲ ਸਾਨੂੰ ਖਾਣਾ ਖਿਲਾਇਆ, ਕਦੇ ਰੈਸਟੋਰੈਂਟ 'ਚ, ਕਦੇ ਸਾਡੇ ਘਰ ਆ ਕੇ। ਮੈਂ ਤੁਹਾਨੂੰ ਆਪਣੇ ਹੱਥਾਂ ਦਾ ਬਣਿਆ ਹੋਇਆ ਖਾਣਾ ਖਿਲਾਉਣਾ ਚਾਹੁੰਦੀ ਹਾਂ। ਪਲੀਜ਼ ਤੁਸੀਂ ਸਾਡੇ ਘਰ ਡਿਨਰ ਤੇ ਆ ਜਾਓ। ਕੀ ਮਤਲਬ ਹੈ ਵਿਕਰਾਂਤ ਜੀ, ਇਹ ਕਿਹੜੀ ਥਾਂ ਹੈ? ਤੁਸੀਂ ਪਹਿਚਾਣਿਆ ਨਹੀਂ?
ਧਿਆਨ ਨਾਲ ਦੇਖੋ। ਇਹ ਤੁਹਾਡੇ ਸ਼ੋਅ ਦੀ ਜਗ੍ਹਾ? ਹਾਂ, ਇਹ ਸਾਡੇ ਸ਼ੋਅ ਦਿਲਾਂ ਦੇ ਚਟਕਾਰੇ ਦਾ ਸੈੱਟ ਹੈ ਜੋ ਕਿ ਹੁਣ ਆਪਣਾ ਸ਼ੋਅ ਹੋਣ ਲੱਗਿਆ। ਜੇ ਤੁਸੀਂ ਹਾਂ ਬੋਲੋ ਤਾਂ। ਮਤਲਬ ਕਿ ਮੈਂ ਆਪਣੇ ਸ਼ੋਅ ਦਾ ਨਵਾਂ ਸੀਜ਼ਨ ਸ਼ੁਰੂ ਕਰਨ ਲੱਗਿਆ ਤੇ ਮੈਂ ਚਾਹੁੰਦਾ ਕਿ ਨਵੀਂ ਸ਼ੁਰੂਆਤ ਦੇ ਵਿੱਚ ਤੁਸੀਂ ਮੇਰੇ ਨਾਲ ਹੋਵੋ ਇਸ ਸ਼ੋਅ ਦੇ ਵਿੱਚ। ਜਿੱਦਾਂ ਕਿ ਮੈਂ ਆਪਣੀ ਰੈਸਪੀ ਸਾਰਿਆਂ ਨੂੰ ਸਿਖਾਉਣਾ, ਤੁਸੀਂ ਵੀ ਏਦਾਂ ਹੀ ਸਿਖਾਓ। ਕੀ ਮਤਲਬ ਹੈ ਵਿਕਰਾਂਤ ਜੀ? ਮੈਂ ਕਿੱਦਾਂ ਲੋਕਾਂ ਦੇ ਸਾਹਮਣੇ? ਅਮ੍ਰਿਤਾ ਜੀ ਤੁਸੀਂ ਫਿਕਰ ਨਾ ਕਰੋ, ਮੈਂ ਦੇਖਿਆ ਤੁਹਾਨੂੰ ਉਸ ਦਿਨ ਮੇਰੇ ਰੈਸਟੋਰੈਂਟ ਦੇ ਵਿੱਚ, ਤੁਸੀਂ ਕਿੰਨੇ ਪਿਆਰ ਨਾਲ ਸਾਰੇ ਸਟਾਫ ਨੂੰ ਸਿਖਾ ਰਹੇ ਸੀ ਤੇ ਕਿੰਨੇ ਆਰਾਮ ਨਾਲ। ਇਹ ਗੁਣ ਸਾਰਿਆਂ ਵਿੱਚ ਨਹੀਂ ਹੁੰਦੇ ਤੇ ਮੈਂ ਚਾਹੁੰਦਾ ਕਿ ਤੁਹਾਡੇ ਇਹ ਗੁਣ ਹੁਣ ਸਾਰੀ ਦੁਨੀਆ ਦੇਖੇ। ਨਾਲੇ ਸਾਡਾ ਸ਼ੋਅ ਜ਼ਿਆਦਾਤਰ ਹਾਊਸ ਵਾਈਫ ਦੇਖਦੀਆਂ ਨੇ, ਮੈਂ ਚਾਹੁੰਦਾ ਕਿ ਤੁਸੀਂ ਆਪਣੀ ਰੈਸਿਪੀ ਉਹਨਾਂ ਨੂੰ ਸਿਖਾਓ। ਜੋ ਲੋੜ ਤੁਸੀਂ ਉਹਨਾਂ ਦੀ ਸਮਝ ਸਕਦੇ ਹੋ ਉਹ ਮੈਂ ਨਹੀਂ ਸਮਝ ਸਕਦਾ। ਪਰ ਮੈਂ ਵਿਕਰਾਂਤ ਜੀ ਇੰਨੇ ਲੋਕਾਂ ਦੇ ਸਾਹਮਣੇ ਕੈਮਰੇ ਦੇ ਸਾਹਮਣੇ, ਨਹੀਂ ਨਹੀਂ ਮੇਰੇ ਤੋਂ ਨਹੀਂ ਹੋ ਪਾਏਗਾ। ਅਮ੍ਰਿਤਾ ਜੀ ਤੁਸੀਂ ਫਿਕਰ ਨਾ ਕਰੋ, ਮੈਂ ਹੈਗਾ ਨਾ। ਤੁਹਾਨੂੰ ਕੰਪੀਟੀਸ਼ਨ ਯਾਦ ਹੈ ਨਾ, ਤੁਸੀਂ ਉਦੋਂ ਵੀ ਏਦਾਂ ਹੀ ਕਹਿੰਦੇ ਸੀ ਕਿ ਮੇਰੇ ਤੋਂ ਨਹੀਂ ਹੋਣਾ, ਪਰ ਨਤੀਜਾ ਕੀ ਨਿਕਲਿਆ? ਤੁਸੀਂ ਇੰਨਾ ਅੱਛਾ ਜੱਜਮੈਂਟ ਕੀਤਾ। ਬਸ ਮੈਂ ਤੁਹਾਡੇ ਤੋਂ ਇੱਕ ਚੀਜ਼ ਮੰਗਣਾ ਚਾਹੁੰਦਾ ਕਿ ਤੁਸੀਂ ਮੇਰੇ ਤੇ ਭਰੋਸਾ ਰੱਖੋ, ਨਾਲੇ ਤੁਹਾਡੀ ਅਸਲੀ ਥਾਂ ਇੱਥੇ ਹੈ ਸਾਰੀ ਦੁਨੀਆ ਦੇ ਸਾਹਮਣੇ। ਤੇਰੀ ਪ੍ਰੋਬਲਮ ਕੀ ਹੈ ਹਾਂ? ਜੇ ਮੰਮੀ ਟੀਵੀ ਤੇ ਆਣਗੇ ਤਾਂ ਇਹਦੇ ਵਿੱਚ ਤੇਰੀ ਕੀ ਬੇਇੱਜ਼ਤੀ ਹੈ? ਤੂੰ ਮੈਨੂੰ ਦੱਸ ਦੇ ਕਿ ਤੂੰ ਚਾਹੁੰਦਾ ਕੀ ਹੈ? ਜਦੋਂ ਮੰਮੀ ਘਰ ਬੈਠੇ ਸੀ ਤਾਂ ਤੈਨੂੰ ਪ੍ਰੋਬਲਮ ਹੈ, ਜਦੋਂ ਹੁਣ ਮੰਮੀ ਬਾਹਰ ਜਾ ਕੇ ਕੰਮ ਕਰਨਗੇ ਤਾਂ ਵੀ ਤੈਨੂੰ ਪ੍ਰੋਬਲਮ ਹੈ। ਤੂੰ ਮੈਨੂੰ ਇੱਕ ਗੱਲ ਦੱਸ, ਤੂੰ ਕੰਫਿਊਜ਼ਡ ਹੈ ਜਾਂ ਫਿਰ ਜਾਣ ਬੁੱਝ ਕੇ ਐਵੇਂ ਪੰਗੇ ਲੈਣਾ ਹੈ? ਪੰਗਾ ਮੈਂ ਨਹੀਂ ਲੈ ਰਿਹਾ, ਪੰਗਾ ਤਾਂ ਉਦੋਂ ਹੋਏਗਾ ਜਦੋਂ ਬਾਹੂ ਜੀ ਨੂੰ ਪਤਾ ਲੱਗੇਗਾ। ਤੁਸੀਂ ਜੋ ਮਰਜ਼ੀ ਕਰੋ, ਜੋ ਮਨ ਚਾਹੁੰਦਾ ਉਹੀ ਕਰੋ, ਪਰ ਜੋ ਬਾਹੂ ਜੀ ਚਾਹਣਗੇ ਉਹੀ ਹੋਏਗਾ, ਹੈ ਨਾ? ਤੁਸੀਂ ਜਿੰਨੇ ਮਰਜ਼ੀ ਖੁਆਬ ਦੇਖ ਲਓ, ਤੁਹਾਡੀ ਮਰਜ਼ੀ ਹੈ ਖੁਆਬ ਦੇਖੋ। ਬੰਦਾ ਜਿੰਨਾ ਉੱਤੇ ਉੱਡਦਾ ਨਾ ਉਨੀ ਛੇਤੀ ਥੱਲੇ ਵੀ ਡਿੱਗਦਾ ਹੈ। ਜੀ ਉਸ ਦਿਨ ਜਦੋਂ ਮੰਮਾ ਦਾ ਚੈੱਕ ਆਇਆ ਸੀ ਉਹ ਕਿੰਨੇ ਜ਼ਿਆਦਾ ਖੁਸ਼ ਸੀਗੇ, ਹੈ ਨਾ? ਬਸ ਓਦਾਂ ਹੀ ਮੰਮਾ ਨੂੰ ਇੱਕ ਨਵੀਂ ਪਹਿਚਾਣ ਮਿਲੇਗੀ। ਤੇ ਕਈ ਲੋਕਾਂ ਨੂੰ ਜੋ ਲੱਗਦਾ ਨਾ ਕਿ ਮੰਮਾ ਕੁਛ ਨਹੀਂ ਕਰ ਸਕਦੇ, ਉਹਨਾਂ ਨੂੰ ਵੀ ਪਤਾ ਲੱਗੇਗਾ। ਬਾਊ ਜੀ ਬਾਊ ਜੀ ਮੰਮਾ ਨੇ ਇਸ ਉਮਰ ਚ ਪੈਸੇ ਕਮਾ ਕੇ ਕੀ ਕਰਨਾ? ਮੈਂ ਹੈਗਾ ਬਾਊ ਜੀ, ਹੁਣ ਤੇ ਰਮਨੀਕ ਵੀ ਘਰ ਦੇ ਖਰਚੇ ਲਈ ਪੈਸੇ ਦਿੰਦੀ ਹੈ। ਤੁਹਾਨੂੰ ਪਤਾ ਨਹੀਂ ਹੈ ਬਾਊ ਜੀ ਸ਼ੂਟਿੰਗ ਵਾਲੇ ਕਿੰਨਾ ਕੰਮ ਕਰਵਾਉਂਦੇ। ਬਾਊ ਜੀ ਮੰਮਾ ਨੇ ਸਾਰਾ ਦਿਨ ਉੱਥੇ ਰਹਿਣਾ, ਮੈਨੂੰ ਤਾਂ ਟੈਨਸ਼ਨ ਹੋ ਰਹੀ ਕਿ ਆਪਾਂ ਸਾਰਾ ਦਿਨ ਕਿੱਦਾਂ ਸਾਰਾਂਗੇ, ਮੰਮਾ ਦੇ ਬਿਨਾਂ ਘਰ ਕਿਵੇਂ ਚੱਲੇਗਾ।
ਐਂਡ ਬਾਊ ਜੀ ਮੈਨੂੰ ਇਹ ਵੀ ਟੈਨਸ਼ਨ ਹੈ ਕਿ ਤੁਸੀਂ ਇਕੱਲੇ ਕਿੱਦਾਂ ਮੈਨੇਜ ਕਰੋਗੇ। ਮੈਂ ਤੇ ਰਮਨੀਕ ਨੇ ਤੇ ਪੂਰਾ ਦਿਨ ਘਰੋਂ ਬਾਹਰ ਰਹਿਣਾ ਆ, ਤੇ ਹੁਣ ਤੁਸੀਂ ਖੁਦ ਸੋਚ ਲਓ ਕਿ ਕਿੰਨੀ ਪ੍ਰੋਬਲਮ ਹੋਏਗੀ, ਸੋਚੋ ਤੁਸੀਂ ਇੱਕ ਵਾਰ। ਨਹੀਂ ਬਾਊ ਜੀ, ਇੱਦਾਂ ਤਾਂ ਕੁਛ ਨਹੀਂ ਹੋਏਗਾ। ਤੁਹਾਨੂੰ ਪਤਾ ਹੈ ਨਾ ਕਿ ਮੰਮਾ ਘਰ ਦਾ ਕੰਮ ਛੱਡ ਕੇ ਕਿਤੇ ਵੀ ਨਹੀਂ ਜਾਂਦੇ, ਤੇ ਵਿਕਰਾਂਤ ਜੀ ਨੇ ਨਾ ਪ੍ਰੋਮਿਸ ਕੀਤਾ ਹੈ ਕਿ ਇੱਕ ਦਿਨ 'ਚ ਸਿਰਫ 4 ਘੰਟੇ ਹੀ ਸ਼ੂਟਿੰਗ ਹੋਏਗੀ, ਉਹ ਵੀ ਮੰਮਾ ਦੇ ਹਿਸਾਬ ਨਾਲ। ਬਾਊ ਜੀ, ਤੁਹਾਨੂੰ ਇੱਦਾਂ ਦਾ ਕੋਈ ਪ੍ਰੋਬਲਮ ਨਹੀਂ ਆਏਗੀ, ਪੱਕੀ ਗੱਲ ਹੈ। ਰਮਨੀਕ, ਕਹਿਣਾ ਸੌਖਾ ਆ ਤੇ ਕਰਨਾ ਔਖਾ ਆ। ਨਾਲੇ ਤੁਸੀਂ ਮੈਨੂੰ ਕਿਹਾ ਨਾ ਉਸ ਦਿਨ ਕਿ ਮੰਮਾ ਤੇ 18-18 ਘੰਟੇ ਕੰਮ ਕਰਦੇ, ਤੇ ਇਸ ਹਿਸਾਬ ਨਾਲ ਮੰਮਾ ਦਾ ਕੰਮ ਤੇ ਫੁੱਲ ਟਾਈਮ ਜੌਬ ਤੋਂ ਵੀ ਜ਼ਿਆਦਾ, ਕਿੱਦਾਂ ਮੈਨੇਜ ਕਰਨਗੇ? ਤੇ ਸ਼ੂਟਿੰਗ ਦੇ ਚੱਕਰ ਵਿੱਚ ਨਾ ਘਰ ਦਾ ਕੋਈ ਨਾ ਕੋਈ ਕੰਮ ਰਹਿ ਵੀ ਜਾਣਾ ਆ। ਬਹੁਤ ਜੀ, ਮੈਨੂੰ ਬਹੁਤ ਟੈਨਸ਼ਨ ਹੋ ਰਹੀ ਹੈ। ਤੂੰ ਇਹ ਟੈਨਸ਼ਨ ਮੰਮੀ ਤੇ ਛੱਡ ਦੇ ਨਾ। ਇਸ ਤੋਂ ਪਹਿਲਾਂ ਤਾਂ ਤੈਨੂੰ ਕਦੇ ਮੰਮੀ ਦੀ ਜਾਂ ਘਰ ਦੀ ਟੈਨਸ਼ਨ ਨਹੀਂ ਹੋਈ, ਤੇ ਪਹਿਲਾਂ ਮੰਮਾ ਨੇ ਕਦੇ ਕੰਮ ਕੀਤਾ ਵੀ ਨਹੀਂ, ਕਦੇ ਪਲਾਨ ਵੀ ਨਹੀਂ ਬਣਾਇਆ ਕਾਰੋਬਾਰ ਜੌਬ ਕਰਨ ਦਾ, ਹੁਣੇ ਬਣਾ ਰਹੇ ਨਾ। ਅੱਛਾ, ਤੇ ਤੈਨੂੰ ਮੰਮੀ ਦੇ ਬਾਹਰ ਜਾ ਕੇ ਕੰਮ ਕਰਨ ਤੋਂ ਪ੍ਰੋਬਲਮ ਹੈ, ਤਾਂ ਫਿਰ ਤੂੰ ਝੂਠੀ ਟੈਨਸ਼ਨ ਨਾ ਦਿਖਾ ਕਰਦੀ। ਕੀ ਝੂਠੀ? ਮੈਂ ਝੂਠ ਬੋਲ ਰਿਹਾ? ਤੂੰ ਬਸ ਚੁੱਪ ਕਰ, ਤੂੰ ਚੁੱਪ ਕਰ, ਮੇਰਾ ਦਿਮਾਗ ਨਾ ਖਰਾਬ, ਤੂੰ ਮੇਰਾ ਦਿਮਾਗ ਨਾ ਖਰਾਬ। ਤੁਸੀਂ ਦੋਨਾਂ ਨੇ ਇਸ ਘਰ ਨੂੰ ਲੜਾਈ ਦਾ ਅਖਾੜਾ ਬਣਾ ਰੱਖਿਆ। ਉਹ ਜਿਹੜਾ ਕੰਮ ਹਲੇ ਸ਼ੁਰੂ ਨਹੀਂ ਹੋਇਆ, ਉਸ ਕੰਮ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੜਾਈ ਝਗੜਾ ਹੋ ਰਿਹਾ। ਉਸ ਕੰਮ ਨੂੰ ਕਰਨ ਦਾ ਕੋਈ ਮਤਲਬ ਨਹੀਂ। ਅੰਮ੍ਰਿਤਾ, ਮੈਂ ਨਹੀਂ ਚਾਹੁੰਦਾ ਕਿ ਇਸ ਘਰ ਦੇ ਵਿੱਚ ਰੋਜ਼ ਝਗੜਾ ਹੋਵੇ। ਜਿਸ ਤਰ੍ਹਾਂ ਚੱਲ ਰਿਹਾ ਬਸ ਚੱਲੋ ਦੋਸਤ ਨੂੰ, ਇਸ ਤੋਂ ਬਾਅਦ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਮੈਂ ਕੁਛ ਨਹੀਂ ਸੁਣਨਾ ਚਾਹੁੰਦਾ। ਅੰਮ੍ਰਿਤਾ। ਹਾਂਜੀ ਬਾਊ ਜੀ। ਹਰ ਰੋਜ਼ ਤੈਨੂੰ ਚਾਹ ਲਈ ਕਹਿਣਾ ਪੈਂਦਾ, ਫਿਰ ਕਹਿੰਦੀ ਹੈ ਮੈਂ ਹੁਣੇ ਲੈ ਕੇ ਆਈ। ਇੰਨੇ ਸਾਲਾਂ ਚ ਕਦੇ ਹੋਇਆ ਕਿ ਬਿਨਾਂ ਬੋਲੇ ਚਾਹ ਲੈ ਕੇ ਆ ਗਈ ਹੋਵੇ? ਹੈਲੋ ਬਾਊ ਜੀ, ਨਾਸ਼ਤਾ। ਅਰੇ ਵਾਹ, ਸਿਲੰਡਰ ਆ ਗਿਆ? ਹਾਂਜੀ ਬਾਊ ਜੀ। ਗੁੱਡ ਮਾਰਨਿੰਗ ਬਾਊ ਜੀ। ਗੁੱਡ ਮਾਰਨਿੰਗ। ਪੁੱਤਰ, ਕੋਈ ਗੱਲ ਨੀ, ਐਵੇਂ ਉਦਾਸ ਨੀ ਹੁੰਦੇ। ਅੱਛਾ ਤੂੰ ਦੱਸ, ਅੱਜ ਕੀ ਖਾਏਂਗੀ ਲੰਚ ਵਿੱਚ? ਮੈਂ ਤੇਰੇ ਵਾਸਤੇ ਉਹੀ ਬਣਾਵਾਂਗੀ। ਕਿਵੇਂ ਉਦਾਸ ਨਾ ਹੋਵਾਂ ਮੰਮਾ, ਬਾਊ ਜੀ ਨੇ ਮੰਨ ਜਾਣਾ ਸੀ ਪਰ ਸੋਮ ਨੇ ਸਾਰਾ ਕੰਮ ਖਰਾਬ ਕਰਤਾ। ਪੁੱਤਰ, ਜੋ ਨਹੀਂ ਹੋ ਸਕਦਾ ਉਹਨੂੰ ਸੋਚ ਕੇ ਮੂਡ ਖਰਾਬ ਕਰਨ ਦੀ ਬਜਾਏ ਜੋ ਚੱਲ ਰਿਹਾ ਉਹਦੇ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਆ ਨਾ। ਕਿਵੇਂ ਖੁਸ਼ ਰਹੀਏ ਮੰਮੀ? ਜਿਹੜੀ ਚੀਜ਼ ਚਾਹੀਦੀ ਸੀ ਉਹ ਤਾਂ ਮਿਲੀ ਨੀ ਨਾ, ਫਿਰ ਖੁਸ਼ ਹੋਣਾ ਕਿਉਂ ਜ਼ਰੂਰੀ ਹੈ? ਅੱਜ ਫਿਰ ਲੇਟ ਹੋ ਗਿਆ ਤੂੰ। ਰਮਨੀਕ, ਕੋਈ ਤੂੰ ਇਹਨੂੰ ਟਾਈਮ ਤੇ ਨਹੀਂ ਉਠਾ ਸਕਦੀ। ਛੋਟਾ ਬੱਚਾ ਥੋੜੇ, ਇਹਨੂੰ ਸਭ ਕੰਮ ਕਰਨੇ ਆਉਂਦੇ, ਬਸ ਆਪਣਾ ਹੀ ਕੰਮ ਨਹੀਂ ਕਰਨਾ ਆਉਂਦਾ। ਨਹੀਂ ਬਾਊ ਜੀ, ਰਮਨੀਕ ਦੀ ਕੋਈ ਗਲਤੀ ਨਹੀਂ ਹੈਗੀ। ਲੈ ਪੁੱਤਰ, ਹੈਲੋ
ਮੰਮਾ ਮੂੰਹ ਸਾੜਦਾ ਆ, ਇੰਨੀ ਗਰਮ ਚਾਹ। ਬਈ ਹੁਣੇ ਤਾਂ ਗੈਸ ਉਤਾਰ ਕੇ ਲਾਈ ਹੈ, ਹੁਣ ਕੀ ਠੰਡੀ ਹੋਣੀ ਸੀ? ਬੇਵਕੂਫ ਨਾ ਹੋਵੇ ਤਾਂ। ਅਮ੍ਰਿਤਾ ਇਹਨੂੰ ਬਰਫ਼ ਦੇ ਦੇ, ਇਹਦੀ ਜੀਭ ਸੜ ਗਈ ਹੋਣੀ ਹੈ। ਹਾਂਜੀ ਬਾਊ ਜੀ। ਮੰਮੀ ਕੋਈ ਲੋੜ ਨਹੀਂ ਹੈ, ਵੈਸੇ ਵੀ ਸੋਹਮ ਆਫਿਸ ਜਾਣ ਨੂੰ ਲੇਟ ਹੋ ਰਿਹਾ, ਆਫਿਸ ਜਾ ਕੇ ਆਪੇ ਲਾ ਲੇਗਾ, ਭਾਵੇਂ ਜੋ ਮਰਜ਼ੀ ਕਰੇ। ਹਾਂ ਮੰਮਾ ਤਬਨੀਕ ਸਹੀ ਕਹਿ ਰਹੀ ਹੈ, ਮੈਂ ਆਫਿਸ ਜਾ ਕੇ ਬਰਫ਼ ਲਾ ਲਾਂ। ਪਰ ਪੁੱਤਰ ਨਾਸ਼ਤਾ ਹਮੇਸ਼ਾ ਹੀ ਲੇਟ ਹੋ ਜਾਂਦਾ। ਸੋਹਮ ਤੂੰ ਇੰਨੀ ਛੇਤੀ ਵਾਪਿਸ ਆ ਗਿਆ, ਤੂੰ ਬਾਕਸ ਕੀ ਲੈ ਕੇ ਘੁੰਮ ਰਿਹਾ? ਹਾਂ ਮੰਮਾ ਮੈਂ ਆਫਿਸ ਗਿਆ ਸੀ, ਪਰ ਉੱਥੇ ਕੀ ਉੱਥੇ ਕਹਿੰਦੇ ਕਿ ਤੁਸੀਂ ਵਰਕ ਫਰੋਮ ਹੋਮ ਕਰੋ, ਤੇ ਮੈਂ ਵਾਪਿਸ ਆ ਗਿਆ। ਵਰਕ ਫਰੋਮ ਹੋਮ? ਪਰ ਸਾਰੇ ਤਾਂ ਆਪਣਾ ਆਫਿਸ ਦੁਬਾਰਾ ਚਾਲੂ ਕਰ ਰਹੇ ਨੇ, ਤੇਰੇ ਆਫਿਸ ਵਾਲਿਆਂ ਨੂੰ ਕੀ ਹੋਇਆ? ਪ੍ਰਮਨੀਕ ਕਿਉਂਕਿ ਉਹਨਾਂ ਦਾ ਖਰਚਾ ਬਚ ਜਾਂਦਾ ਨਾ, ਥਾਂ ਕਰਕੇ। ਕਿਹੜਾ ਖਰਚਾ? ਜੇ ਆਫਿਸ ਲੋਕੀ ਨਹੀਂ ਜਾਣਗੇ ਤੇ ਉਹਨਾਂ ਦਾ ਪਾਣੀ ਦਾ ਬਿਜਲੀ ਦਾ ਖਰਚਾ ਬਚੇਗਾ ਨਾ, ਉਹਨਾਂ ਨੂੰ ਫਾਇਦਾ ਹੋਏਗਾ, ਥਾਂ ਕਰਕੇ। ਉਹ ਤੂੰ ਕਿਹੜੀ ਬਰਬਾਦ ਕੰਪਨੀ ਚ ਕੰਮ ਕਰ ਰਿਹਾ ਹੈ, ਜਿੱਥੇ ਇੰਨੇ ਝੰਜਟ ਨੇ? ਉਹ ਜਿਹੜੇ ਬਿਜਲੀ ਪਾਣੀ ਦਾ ਖਰਚਾ ਬਚਾਉਣ ਦੀ ਸੋਚ ਰਹੇ ਨੇ, ਉਹ ਤੈਨੂੰ ਤਨਖਾਹ ਦੇ ਦੇਣਗੇ ਕਿ ਨਹੀਂ? ਜੇ ਖਰਚਾ ਵੀ ਬਚਾਉਣਗੇ? ਬਾਊ ਜੀ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਮੰਮਾ ਦੇਖ ਕਿੰਨਾ ਖੁਸ਼ ਹੈ, ਅਮ੍ਰਿਤਾ ਇੱਥੇ ਆ। ਜੀ ਬਾਊ ਜੀ। ਦੇਖ ਅਮ੍ਰਿਤਾ, ਇਹ ਮੈਨੂੰ ਬਿਲਕੁਲ ਪਸੰਦ ਨਹੀਂ ਕਿ ਘਰ ਦੇ ਕੰਮ ਦੇ ਵਿੱਚ ਕੋਈ ਅਣਗਹਿਲੀ ਰਹੇ। ਤੇਰਾ ਸਭ ਤੋਂ ਪਹਿਲਾ ਫਰਜ਼ ਹੈ ਘਰ ਦਾ ਕੰਮ। ਦੇਖ ਜੇ ਇਹਦੇ ਵਿੱਚ ਕੋਈ ਵੀ ਕਮੀ ਰਹਿ ਗਈ ਤਾਂ ਤੇਰਾ ਬਾਹਰ ਜਾਣਾ ਬੰਦ। ਹਾਂਜੀ ਬਾਊ ਜੀ। ਠੀਕ ਹੈ ਅਮ੍ਰਿਤਾ, ਮੈਂ ਦੇਖ ਰਿਹਾ ਕਿ ਤੈਨੂੰ ਇਸ ਕੰਮ ਦੇ ਵਿੱਚ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ। ਜੇ ਤੈਨੂੰ ਠੀਕ ਲੱਗਦਾ ਤੂੰ ਕਰ, ਮੈਨੂੰ ਕੋਈ ਇਤਰਾਜ਼ ਨਹੀਂ। ਥੈਂਕ ਯੂ ਬਾਊ ਜੀ। ਹਾਂ ਅਮ੍ਰਿਤਾ, ਇੱਕ ਗੱਲ ਦਾ ਹੋਰ ਧਿਆਨ ਰੱਖੀ, ਤੂੰ ਉਸ ਚੱਪਲ ਚੋਰ ਤੋਂ ਚਾਈਨੀਜ਼ ਖਾਣਾ ਬਣਾਉਣਾ ਜ਼ਰੂਰ ਸਿੱਖ ਲਈ। ਬਈ ਜੇ ਤੂੰ ਘਰ ਬਣਾਏਗੀ ਹੋ ਸਕਦਾ ਮੇਰਾ ਪੇਟ ਖਰਾਬ ਨਾ ਹੋਵੇ। ਹੁਣ ਬਾਊ ਜੀ ਮੰਮੀ ਚਾਈਨੀਜ਼ ਕੀ ਕੁਛ ਵੀ ਬਣਾ ਸਕਦੇ ਨੇ, ਹੁਣ ਮੰਮਾ ਬਹੁਤ ਵੱਡੇ ਸ਼ੈਫ ਬਣਨ ਵਾਲੇ ਨੇ। ਮੰਮਾ ਆਟੋਗ੍ਰਾਫ ਪਲੀਜ਼। ਬਈ ਜੇ ਤੁਹਾਡਾ ਸਾਰਾ ਬਚਪਨਾ ਖਤਮ ਹੋ ਗਿਆ ਹੋਵੇ ਨਾ ਤਾਂ ਮੈਂ ਖਬਰਾਂ ਦੇਖ ਲਾਂ, ਸਵੇਰ ਤੇ ਮੇਰੇ ਸਿਰ ਤੇ ਖੜੇ ਨੇ। ਮੈਮ ਵਿਕਰਾਂਤ ਸਰ ਨੇ ਆਫਿਸ ਤੋਂ ਬਾਹਰ ਆਉਣ ਤੋਂ ਮਨਾ ਕਰ ਦਿੱਤਾ ਹੈ ਤੇ ਉਹ ਸ਼ੂਟ ਤੇ ਵੀ ਨਹੀਂ ਆਉਣਗੇ, ਤੇ ਫਿਰ ਮੈਂ ਕੀ ਕਰਾਂ? ਸਾਰਾ ਕਰੂ ਬਾਹਰ ਵੇਟ ਕਰ ਰਿਹਾ ਤੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਮੈਮ ਹੁਣ ਇਹਦੇ ਚ ਮੈਂ ਕੀ ਕਰ ਸਕਦੀ ਹਾਂ? ਕਿਉਂ
ਇੰਨੇ ਸਾਲ ਤੂੰ ਉਹਦੀ ਅਸਿਸਟੈਂਟ ਰਹੀ ਹੈ, ਮਨਾ ਨਹੀਂ ਸਕਦੀ ਉਹਨੂੰ ਤੂੰ? ਮੈਮ, ਸਰ ਤੇ ਆਪਣੇ ਮੰਮੀ ਪਾਪਾ ਦੀ ਗੱਲ ਵੀ ਨਹੀਂ ਮੰਨਦੇ, ਮੇਰੀ ਤਾਂ ਕੀ ਮੰਨਣਗੇ? ਉਹ ਤਾਂ ਮੈਨੂੰ ਪਤਾ, ਬਹੁਤ ਜ਼ਿੱਦੀ ਆ। ਇੱਕ ਵਾਰੀ ਜਿਹੜੀ ਗੱਲ ਤੇ ਅੜ ਜਾਂਦਾ ਨਾ, ਬਸ ਫਿਰ ਅੜ ਜਾਂਦਾ। ਮੈਮ, ਮੈਨੂੰ ਪਤਾ ਸਰ ਕਿਹਦੀ ਗੱਲ ਮੰਨਣਗੇ। ਕਿਹਦੀ? ਅੰਮ੍ਰਿਤਾ ਜੀ ਦੀ। ਕੌਣ ਅੰਮ੍ਰਿਤਾ? ਜਿਹਦੇ ਨਾਲ ਵਿਕਰਾਂਤ ਸਰ ਇਹ ਸ਼ੋਅ ਕਰ ਰਹੇ ਨੇ। ਕਿੱਥੇ ਰਹਿੰਦੀ ਆ ਅੰਮ੍ਰਿਤਾ? ਮੈਂ ਆਪ ਜਾ ਕੇ ਉਹਦੇ ਨਾਲ ਗੱਲ ਕਰਦੀ ਹਾਂ। ਜੇ ਇਹ ਅੰਮ੍ਰਿਤਾ ਐਕਚੁਅਲ ਚ ਵਿਕਰਾਂਤ ਨੂੰ ਮਨਾ ਸਕਦੀ ਹੈ, ਤਾਂ ਫਿਰ ਇਹਦੇ ਨਾਲ ਗੱਲ ਜ਼ਰੂਰ ਕਰਨੀ ਪਏਗੀ।